ਮੈਂ ਜੀ ਕੁਸ਼ਲਪਾਲ ਸਿੰਘ ਮਾਨ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਅੱਜ ਸੁਬਾ ਕੱਲ੍ਹ ਰਾਤ ਤੋਂ ਹੀ ਪੰਜਾਬ ਪੁਲਿਸ ਨੇ ਚੀਫ ਮਿਨਿਸਟਰ ਦੇ ਕਹਿਣ 'ਤੇ ਜਾਂ ਡੀ ਜੀ ਪੀ ਦੇ ਕਹਿਣ 'ਤੇ ਸਾਡਾ ਕੋਈ 150 ਵਰਕਰ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਰੋਪੜ ਔਰ ਜ਼ਿਲ੍ਹਾ ਪਟਿਆਲਾ ਤੋਂ ਅਰੈਸਟ ਕਰ ਲਿਆ ਅਸੀਂ ਇੱਕ ਬੜਾ ਜਮਹੂਰੀਅਤ ਪਸੰਦ ਪੀਸਫੁੱਲ ਰੋਸ ਧਰਨਾ ਕਰਨਾ ਚਾਹੁੰਦੇ ਸੀਗੇ ਜਿਹੜਾ ਕੇ ਪੀ ਐੱਸ ਗਿੱਲ ਦੇ ਸੈਮੀਨਾਰ ਕਰਾ ਰਹੀ ਹੈ ਪੰਜਾਬ ਪੁਲਿਸ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਦੇ ਪ੍ਰੀਮਿਸਿਸ ਦੇ ਵਿੱਚ ਅਤੇ ਉਸਨੂੰ ਅਸੀਂ ਮੰਨਦੇ ਹਾਂ ਕਿ ਜਿਹੜਾ ਇੱਕ ਜਿਹੜਾ ਕੌਨਵਿਕਟ ਹੈਗਾ ਇੱਕ ਜਿਹੜਾ ਸਜ਼ਾ ਯਾਫਤਾ ਇਨਸਾਨ ਹੈ ਸੁਪਰੀਮ ਕੋਰਟ ਵੱਲੋਂ ਇੱਕ ਵੂਮਨ ਮੋਲੈਸਟੇਸ਼ਨ ਦੇ ਕੇਸ ਵਿੱਚ ਇੱਕ ਸਰੀਰਕ ਸ਼ੋਸ਼ਣ ਦੇ ਕੇਸ ਵਿੱਚ ਉਸ ਬੰਦੇ ਨੂੰ ਜਦੋਂ ਸਰਕਾਰ ਬਾਕੀ ਗੱਲਾਂ ਤਾਂ ਜਿਹੜੀਆਂ ਹੈਗੀਆਂ ਨੇ ਹਿਊਮਨ ਰਾਈਟ ਵਾਇਲੇਸ਼ਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਉਹ ਗੱਲਾਂ ਅਲੱਗ ਨੇ ਪਰ ਅੱਜ ਦੇ ਸੰਦਰਭ ਵਿੱਚ ਜਦੋਂ ਹੈਦਰਾਬਾਦ ਵਿੱਚ ਇੱਕ ਪੁਲਿਸ ਨੇ ਬੰਦੇ ਮਾਰੇ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਹੈ ਪੰਜਾਬ ਦਾ ਚੀਫ ਮਿਨਿਸਟਰ ਵੂਮਨ ਪ੍ਰੋਟੈਕਸ਼ਨ ਦੀ ਗੱਲ ਕਰਦਾ ਹੈਗਾ ਅਤੇ ਇੱਕ ਆਦ ਇਨਸਾਨ ਜਿਹੜਾ ਇੱਕ ਸਜ਼ਾ ਯਾਫਤਾ ਸੀ ਇੱਕ ਸੀਨੀਅਰ ਆਈ ਏ ਐੱਸ ਵੂਮਨ ਆਫਿਸਰ ਦੀ ਮੋਲੈਸਟੇਸ਼ਨ ਕੇਸ ਵਿੱਚ ਉਹਨੂੰ ਪੰਜਾਬ ਸਰਕਾਰ ਆਨਰ ਕਰ ਰਹੀ ਹੈ ਇੱਕ ਇਹ ਵਿਮੈਨ ਰਾਈਟਸ ਦਾ ਦੂਸਰਾ ਜਿਹੜੇ ਪੰਜਾਬ ਦੇ ਜਿਨ੍ਹਾਂ ਨਾਲ ਧੱਕਾ ਹੋਇਆ ਹੈ ਜਿਨ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਨੇ ਫੇਕ ਇਨਕਾਊਂਟਰ ਹੋਏ ਨੇ ਉਹਨਾਂ ਸਾਰਿਆਂ ਲਈ ਇਹ ਬਹੁਤ ਹੀ ਇੱਕ ਰੋਸ ਦਾ ਔਰ ਬਹੁਤ ਹੀ ਦੁਖਾਂਤ ਦਾ ਕੰਮ ਹੈ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਅਸੀਂ ਇਹਦੇ ਖਿਲਾਫ ਹਾਂ ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਵੀ ਇਹ ਜਿਹੜਾ ਸਾਡਾ 150 ਬੰਦਾ ਓਵਰਨਾਈਟ ਰੇਡਸ ਮਾਰ ਕੇ ਅਰੈਸਟ ਕੀਤਾ ਹੈਗਾ ਇਹ ਕਿਸ ਨੇ ਸੈਂਕਸ਼ਨ ਕੀਤਾ ਔਰ ਉਹਨਾਂ ਦਾ ਕੀ ਕਸੂਰ ਸੀ ਆਹ ਬੈਠੇ ਨੇ ਸਾਡੇ ਇਹ ਰਾਤੋਂ ਰਾਤਾਂ ਦੇ ਘਰੋਂ ਭੱਜੇ ਹੋਏ ਨੇ ਇਹ ਮੋਰਿੰਡੇ ਕੋਲ ਨੇ ਇਹ ਖਾਨਪੁਰ ਕੋਲ ਨੇ ਇਹ ਸਾਡੇ ਇਹ ਸਰਪੰਚ ਨੇ ਪਿੰਡ ਦੇ ਇਹ ਆਪਦੇ ਪਿੰਡ ਦੇ ਸਰਪੰਚ ਇਹਨਾਂ ਨੂੰ ਰਾਤੋ ਰਾਤ ਆਪਣਾ ਘਰ ਛੱਡ ਕੇ ਭੱਜਣਾ ਪਿਆ ਇਹਨਾਂ ਦਾ ਕਸੂਰ ਵੀ ਸਮਝਾ ਦੇਣਾ ਪੰਜਾਬ ਪੁਲਿਸ ਇਹਨਾਂ ਦੇ ਮਗਰ ਕਿਉਂ ਪਈ ਹੋਈ ਹੈ ਕੀ ਚਾਹੁੰਦੇ ਨੇ ਉਹ ਇੱਕ ਹੋਰ ਹਾਂਜੀ ਨੌਜਵਾਨ ਤੁਹਾਡੇ ਫੜੇ ਗਏ ਨੇ ਨੌਜਵਾਨ ਨਹੀਂ ਜੀ ਆਹ ਵੇਖੋ 60-65 ਸਾਲ ਦੇ ਬੰਦਿਆਂ ਨੂੰ ਚੁੱਕਿਆ ਪਿੰਡਾਂ ਦੇ ਡੈਮੋਕ੍ਰੈਟਲੀ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਨੂੰ ਚੱਕਿਆ ਸਾਨੂੰ ਕੋਈ ਨੌਲੇਜ ਨੀ ਸਾਨੂੰ ਤਾਂ ਇੰਜ ਪਤਾ ਲੱਗ ਰਿਹਾ ਹੁਣ ਫਲਾਣਾ ਕੁਰਾਲੀ ਬੈਠਾ ਕੋਈ 8 ਫੇਸ ਕਾਰਨ ਹੁਣ ਸਰਕਾਰ ਦੱਸੇ ਕਿੰਨੇ ਸੈਂਕਸ਼ਨ ਕੀਤਾ ਸਾਡੇ ਮੁਤਾਬਿਕ ਤਾਂ ਸਾਡਾ ਤਾਂ ਅੱਜ ਜਿਹੜਾ ਇੱਕ ਪਲਾਨ ਸੀਗਾ ਇੱਕ ਬੜਾ ਪੀਸਫੁਲ ਡੈਮੋਨਸਟ੍ਰੇਸ਼ਨ ਦਾ ਸੀਗਾ ਪ੍ਰੋਟੈਸਟ ਸੀਗਾ ਜੇ ਇਹ ਫਿਰ ਇੱਕ ਆਦੀ ਆਜ਼ਾਦੀ ਹੈ ਇਸ ਮੁਲਕ ਦੀ ਜੇ ਤੁਸੀਂ ਇੱਕ ਜਿਹੜੀ ਗੱਲ ਤੁਹਾਨੂੰ ਤੁਸੀਂ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਹੀ ਨਹੀਂ ਕਰ ਸਕਦੇ ਸਾਨੂੰ ਕੁਛ ਨੀ ਪਤਾ ਜੀ ਲੈ ਗਿਆ ਡਿਟੈਂਸ਼ਨ ਕਿਵੇਂ ਕੀਤੀ ਹੈ ਉੱਥੇ ਇਮਾਨ ਸਿੰਘ ਨੂੰ ਸੜਕ ਦੇ ਉੱਤੋਂ ਖੜੇ ਹੋਏ ਸੀ ਉਹਨਾਂ ਨੂੰ ਇਹ ਬੈਨਰ ਲੈ ਕੇ ਖੜੇ ਸੀ ਦੋ ਇਨਸਾਨ ਕੋਈ ਉਹਦੇ ਤੁਸੀਂ ਇਹ ਨਹੀਂ ਕਹਿ ਸਕਦੇ ਜੀ 144 ਦੀ ਵਾਇਲੇਸ਼ਨ ਹੈ ਉਹਨਾਂ ਨੂੰ ਵੀ ਚੁੱਕ ਕੇ ਲੈ ਕੇ ਤੁਹਾਨੂੰ ਫੋਟੋਗ੍ਰਾਫ ਰਿਲੀਜ਼ ਕਰਾਂਗੇ ਅਸੀਂ ਉਹਨਾਂ ਨੂੰ ਅਰੈਸਟ ਕੀਤਾ ਤੁਸੀਂ ਤੁਹਾਡੀ ਤੁਸੀਂ ਕੋਈ ਪਹੁੰਚ ਕੀਤੀ ਉਹਨਾਂ ਤੱਕ ਕੋਈ ਗੱਲਬਾਤ ਹੋਈ ਤੁਹਾਡੇ ਸੰਪਰਕ 'ਚ ਹੈ ਕੋਈ ਸੰਪਰਕ ਨਹੀਂ ਸਾਡੇ ਹੁਣ ਲੋਕਲ ਵਰਕਰ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਕਿ ਮਾਨ ਸਿੰਘ ਨੂੰ ਕੁਰਾਲੀ ਲੈ ਗਏ ਨੇ ਮੋਹਾਲੀ ਤੋਂ ਕੁਰਾਲੀ ਲੈ ਕੇ ਜਾ ਰਹੇ ਬੰਦਿਆਂ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਤਲਬ ਕਿ ਮੋਹਾਲੀ 'ਚ ਕੋਈ ਡਿਟੈਂਸ਼ਨ ਸੈਂਟਰ ਹੈ ਨਹੀਂ ਹੈ ਅਰੈਸਟ ਮੋਹਾਲੀ ਕੀਤਾ ਉਹਨਾਂ ਨੂੰ ਲੈ ਗਏ ਨੇ ਕੁਰਾਲੀ ਕਿਸੇ ਨੂੰ ਔਰ ਤੁਸੀਂ ਜੇ ਕਿਸੇ ਨੂੰ ਅਰੈਸਟ ਕੀਤਾ ਆਪਣੇ ਲੋਕਲ ਏਰੀਆ 'ਚ ਰੱਖੋ ਜੁਰਿਸਡਿਕਸ਼ਨ ਬਦਲ ਕੇ ਕੀ ਹੋ ਰਿਹਾ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਜੀ ਇਹਨਾਂ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਸਾਹਮਣੇ ਗ੍ਰਿਫਤਾਰ ਕੀਤਾ ਨਾ ਆਫਿਸ ਤੋਂ ਤੇ ਇਹਨਾਂ ਦਾ ਮੈਨੂੰ ਪਤਾ ਇਹਨਾਂ ਨੂੰ ਕੁਰਾਲੀ ਲੈ ਕੇ ਨੇ ਸਾਡੇ ਨਾਲ ਕੋਈ ਜਦੋਂ ਦੇ ਕਸਟਡੀ ਚਲੇ ਗਏ ਨੇ ਉਹ ਵੀ ਸਾਨੂੰ ਲੋਕਲ ਉੱਥੋਂ ਦੇ ਵਰਕਰਸ ਨੇ ਦੱਸਿਆ ਜੀ ਇੱਥੇ ਕੁਰਾਲੀ ਲੈ ਕੇ ਆਏ ਸਾਡਾ ਕੋਈ ਸੰਪਰਕ ਨਹੀਂ ਹੈਗਾ ਅਸੀਂ ਇੱਕ ਤਾਂ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਹੈ ਔਰ ਡੀ ਜੀ ਪੀ ਹੈ ਇਹ ਦੋਨੋਂ ਦੱਸਣ ਵੀ ਜਦੋਂ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਇੱਕ ਸਜ਼ਾ ਯਾਫਤਾ ਇਨਸਾਨ ਹੈਗਾ ਉਹਨੂੰ ਵਾਇਲੇਸ਼ਨ ਹੀ ਕੰਟੈਂਪਟ ਨਹੀਂ ਹੈ ਉਸ ਆਰਡਰ ਦੀ ਵੀ ਤੁਸੀਂ ਉਹਨੂੰ ਇੱਥੇ ਗਲੋਰੀਫਾਈ ਔਰ ਆਨਰ ਕਰ ਰਹੇ ਹੋ ਨੰਬਰ ਇੱਕ ਨੰਬਰ ਦੋ ਜਿਹੜਾ ਸਾਡਾ ਸਭ ਤੋਂ ਮੇਨ ਮੁੱਦਾ ਹੈ ਵੀ 150 ਬੰਦਾ 100 ਬੰਦਾ 200 ਬੰਦਾ ਜਿਹੜਾ ਅਰੈਸਟ ਕੀਤਾ ਇਹਨਾਂ ਨੇ ਉਹ ਕਿਸ ਦੇ ਹੁਕਮਾਂ ਨਾਲ ਹੋਇਆ ਕਿਸ ਲੈਵਲ 'ਤੇ ਡਿਸੀਜਨ ਹੋਇਆ ਅਸੀਂ ਤੁਹਾਨੂੰ ਪ੍ਰੈਸ ਨੋਟਸ ਵੀ ਦੇਵਾਂਗੇ ਅਸੀਂ ਗਵਰਨਰ ਵੀ ਟੇਕਅਪ ਕਰਾਂਗੇ ਮੈਟਰ ਜੇ ਗਵਰਨਰ ਨੇ ਸੁਣ ਲਿਆ ਸੀ ਨਹੀਂ ਤਾਂ ਅਸੀਂ ਫਿਰ ਲੀਗਲ ਰੈਮਡੀ ਜਾਵਾਂਗੇ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਹੂ ਕਿਸ ਆਦਮੀ ਨੇ ਇਸ ਅਰੈਸਟ ਸੈਂਕਸ਼ਨਸ ਕੀਤੀਆਂ ਇਹ ਡਿਟੈਂਸ਼ਨ ਸੈਂਕਸ਼ਨ ਕੀਤੀਆਂ
ਕਰਾਂਗੇ, ਬਿਲਕੁਲ ਕਰਾਂਗੇ, ਗਵਰਨਰ ਕੋਲ ਪਹਿਲਾਂ ਟੇਕ ਅਪ ਕਰਾਂਗੇ। ਜੇ ਐਗਜ਼ੈਕਟਿਵ ਨੇ ਫੈਸਲਾ ਕਰਕੇ ਸਾਨੂੰ ਦੇਤੀ ਇਨਫੋਰਮੇਸ਼ਨ ਦੇਤੀ, ਜਿਹਨੇ ਇਹਨਾਂ ਨੇ ਤਾਂ ਕਹਿਣਾ ਜੀ ਹੁਣ ਅਸੀਂ ਛੱਡ ਤੇ ਜੀ ਸ਼ਾਮ ਨੂੰ ਜਾਂ ਕੱਲ੍ਹ ਛੱਡ ਤੇ, ਬਟ ਇਹਨਾਂ ਲੋਕਾਂ ਦੀ ਤੁਸੀਂ ਜਿਹੜੀਆਂ ਡੇਲੀ ਲਾਈਫਸ ਨੇ ਉਹ ਡਿਸਰਪਟ ਕਰ ਰਹੇ ਹੋ, ਕਿਸ ਖੁਸ਼ੀ 'ਚ ਔਰ ਕਿਸ ਕਾਨੂੰਨ ਔਰ ਕਿਸ ਗੱਲ ਕਰਕੇ? ਕਾਨੂੰਨ ਕੀ ਹੈਗਾ ਹੈ, ਪਹਿਲੀ ਤਾਂ ਗੱਲ ਹੈ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਜਿਹੜਾ 157 ਲਾਅ ਜਿਹੜਾ ਸਰਕਾਰ ਯੂਜ਼ ਕਰ ਰਹੀ ਹੈ, ਇਹ ਜਿਹੜੀਆਂ ਪਾਵਰਸ ਨੇ ਇਹਨਾਂ ਨੇ ਐਗਜ਼ੈਕਟਿਵ ਮੈਜਿਸਟਰੇਟਸ ਨੂੰ ਦਿੱਤੀਆਂ ਹੋਈਆਂ ਨੇ, ਇਹ ਜੁਡੀਸ਼ੀਅਲ ਪਾਵਰਸ ਨਹੀਂ ਹੈਗੀ। ਸਰਕਾਰ ਕਹਿ ਦਿੰਦੀ ਹੈ ਕਿ ਫਲਾਨੀ ਪਾਰਟੀ ਦੇ ਬੰਦਿਆਂ ਨੂੰ ਚੱਕ ਲਓ, ਬੰਦੇ ਚੱਕ ਲਏ ਜਾਂਦੇ ਨੇ, ਐਸਟੀਐਮ ਆਪਦੀ ਕੁਰਸੀ 'ਤੇ ਨਹੀਂ ਬੈਠਦਾ, 15-15 ਦਿਨ ਜਿਹੜੇ ਬੰਦਿਆਂ ਦੀ ਜ਼ਮਾਨਤਾਂ ਨਹੀਂ ਹੁੰਦੀਆਂ, ਕਿਉਂਕਿ ਉਹ ਜਿਹੜੇ 157 ਸਿੰਪਲ ਮੈਟਰ ਹੈਗਾ ਕਿ ਜਦੋਂ ਕੋਈ ਬੰਦਾ ਆਪਦੇ ਬੇਲ ਬੌਂਡ ਭਰ ਦੇ ਤਾਂ ਉਹਨੂੰ ਛੱਡ ਦੇਣਾ ਬਣਦਾ, ਪਰ ਐਸਟੀਐਮ ਬੈਠਦਾ ਹੈ। ਸੋ ਅਸੀਂ ਆ ਬਾਦਲ ਗੌਰਮੈਂਟ 'ਚ ਵੀ ਇਹ ਸਾਰਾ ਕੁਝ ਫੇਸ ਕੀਤਾ, ਸਾਡੇ ਬੰਦਿਆਂ ਨੂੰ ਚੱਕ ਲੈਂਦੇ ਨੇ, ਫਿਰ ਐਸਟੀਐਮ ਜ਼ਮਾਨਤਾਂ ਨਹੀਂ ਲੈਂਦੇ। ਅਸੀਂ ਗਵਰਨਰ ਨੂੰ ਵੀ ਕਿਹਾ ਸੀ ਕਿ ਜਿਹੜੀ ਅਮੈਂਡਮੈਂਟ ਹੋਣੀ ਚਾਹੀਦੀ ਹੈ, ਇਹ ਜਿਹੜੀਆਂ ਇਹ ਪਾਵਰਸ ਹੈਗੀਆਂ ਨੇ ਪ੍ਰਵੈਂਟਿਵ ਐਕਸ਼ਨ ਦੀਆਂ, ਇਹ ਜੁਡੀਸ਼ੀਅਲ ਹੋਣੀਆਂ ਚਾਹੀਦੀਆਂ, ਐਗਜ਼ੈਕਟਿਵ ਕੋਲ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਜਿਹੜੀ ਐਗਜ਼ੈਕਟਿਵ ਹੈ ਉਹ ਸਟੇਟ ਗੌਰਮੈਂਟ ਦੇ ਕਹਿਣ 'ਤੇ, ਸਿਆਸਤਦਾਨਾਂ ਦੇ ਕਹਿਣ 'ਤੇ ਮਿਸਯੂਜ਼ ਕਰਦੀ ਹੈ। ਹੁਣ ਸਾਡੇ ਕੇਸ 'ਚ ਕੀ ਹੋਇਆ ਕਿ ਅੱਜ ਸਵੇਰੇ ਕੁਛ ਰਾਤ ਨੂੰ 150 ਬੰਦਾ ਜਿਹੜਾ 4 ਜ਼ਿਲ੍ਹਿਆਂ 'ਚ ਉਹਨਾਂ ਨੇ ਚੱਕ ਲਿਆ। ਜਿਹੜੀ ਡੀ ਡੀ ਬਾਸੂ ਦੀ ਜਜਮੈਂਟ ਹੈਗੀ ਹੈ ਔਰ ਜਿਹੜਾ ਕਾਨੂੰਨ ਕਹਿੰਦਾ ਕਿ ਜਦੋਂ ਕਿਸੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਅਤੇ ਉਹਦੇ ਵਿੱਚ ਜਿਹੜੀ ਉਹਦੇ ਰਿਲੇਟਿਵ ਨੂੰ, ਉਹਦੇ ਪਰਿਵਾਰ ਦੇ ਮੈਂਬਰ ਨੂੰ ਜਿਹੜੀ ਹੈ ਇਮੀਡੀਏਟਲੀ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ। ਸਾਡੇ ਇਹ 150 ਬੰਦੇ ਨੂੰ ਅਰੈਸਟ ਕਰਕੇ ਨਾ ਤਾਂ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਗਿਆ, ਨਾ ਹੀ ਕਿਸੇ ਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਉਹ ਕਿੱਥੇ ਹੈਗੇ ਨੇ, ਕੌਣ ਫੜ ਕੇ ਲੈ ਕੇ ਗਿਆ। ਇਹ ਸਿਵਲ ਕੱਪੜਿਆਂ 'ਚ ਪੁਲਿਸ ਵਾਲੇ ਆਉਂਦੇ ਨੇ, ਬੰਦਿਆਂ ਨੂੰ ਜਿਪਸੀਆਂ 'ਚ ਲੈ ਜਾਂਦੇ ਨੇ, ਇਹ ਨਹੀਂ ਪਤਾ ਲੱਗਦਾ ਕਿਹੜੇ ਥਾਣੇ 'ਚ ਲੈ ਜਾਂਦੇ ਨੇ, ਅਤੇ ਬੜਾ ਸੀਰੀਅਸ ਹਿਊਮਨ ਰਾਈਟਸ ਵਾਇਲੇਸ਼ਨ ਹੈਗੀ ਹੈ। ਹੁਣ ਜਿਹੜਾ ਕੱਲ੍ਹ 10 ਦਸੰਬਰ ਸੀ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਸੀ, ਸਾਡਾ ਸਟੈਂਡ ਬਹੁਤ ਕਲੀਅਰ ਹੈ ਵੀ ਇਹ ਜਿਹੜਾ KPS Gill ਹੈਗਾ, ਇਹਨੂੰ ਸੈਸ਼ਨ ਕੋਰਟ ਨੇ, ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਕਨਵਿਕਟ ਕੀਤਾ ਔਰ ਈਵਨ ਸੁਪਰੀਮ ਕੋਰਟ ਨੇ ਅਪਹੈਲਡ ਕੀਤਾ ਕਿ ਜਿਹੜੀ ਕਨਵਿਕਸ਼ਨ ਹੈਗੀ ਹੈ ਜੈਨੂਨ ਹੈ। ਇਸ ਕਿਸਮ ਦੇ ਜਿਹੜੇ ਬੰਦੇ ਨੇ, ਜਿਹੜੇ ਬੰਦੇ 'ਤੇ ਫੇਕ ਇਨਕਾਊਂਟਰਸ ਦੇ ਹੈਗੇ ਨੇ ਔਰ ਅੱਜ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਹੈ, ਤੁਸੀਂ ਉਹਨੂੰ ਗਲੋਰੀਫਾਈ ਕਰ ਰਹੇ ਹੋ। ਇੱਕ ਪਾਸੇ ਅਮਰਿੰਦਰ ਸਿੰਘ ਕਹਿੰਦਾ ਹੈ ਕਿ ਮੈਂ ਜਿਹੜਾ ਵਾ ਪ੍ਰੋਟੈਕਟ ਕਰਨਾ, ਜਿਹੜੀ ਵੂਮੈਨਸ ਨੂੰ ਸੇਫ ਕਰਨਾ। ਇਹ ਮੋਲਸਟੇਸ਼ਨ ਦੇ ਕੇਸ ਵਿੱਚ ਜਿਹੜਾ ਦੋਸ਼ੀ ਹੈ, ਇਹਨੂੰ ਇਹ ਕਾਹਦੇ ਲਈ ਆਈਕੋਨ ਬਣਾ ਕੇ ਇੱਥੇ ਬਿਲਟ ਕਰ ਰਹੇ ਨੇ ਪੰਜਾਬ ਦੇ ਵਿੱਚ? ਇਹਦੇ ਨਾਲ ਜਿਹੜੀ ਇਹ ਜਿਹੜਾ ਐਕਸ਼ਨ ਹੈਗਾ ਇਹਨਾਂ ਦਾ, ਹੁਣ ਇਹ KPS Gill ਉਹ ਬੰਦਾ ਹੈ ਜਿਹਦੇ ਪਿੰਡ 'ਚ ਕੈਪਟਨ ਅਮਰਿੰਦਰ ਸਿੰਘ ਹੁਣੀ ਨੀਂਹ ਪੱਥਰ ਰੱਖਣ ਗਏ ਸੀ ਗਿੱਲ ਦੀ ਯਾਦ ਵਿੱਚ, KPS Gill ਦੀ, ਔਰ ਪਿੰਡ ਵਾਲਿਆਂ ਨੇ ਕਹਿ ਦਿੱਤਾ ਸੀ ਭਾਈ ਸਾਡੇ ਪਿੰਡ 'ਚ ਇਹਦਾ ਨੀਂਹ ਪੱਥਰ ਨਹੀਂ ਰੱਖਣਾ, ਮਾੜਾ ਬੰਦਾ ਹੈਗਾ, ਇਹਨੇ ਪੰਜਾਬ ਦੇ ਵਿੱਚ ਲੋਕਾਂ 'ਤੇ ਜ਼ੁਲਮ ਕੀਤਾ, ਪੰਜਾਬ ਦੇ ਨੌਜਵਾਨ ਚੁੱਕ ਚੁੱਕ ਕੇ ਇਹਨੇ ਮਾਰੇ ਨੇ, ਅਸੀਂ ਪਿੰਡ 'ਚ ਨਹੀਂ ਪੱਥਰ ਨਹੀਂ ਲੱਗਣ ਦੇਣਾ। ਇਹ ਕਿਹੜਾ ਪ੍ਰੈਸ਼ਰ ਹੈਗਾ, ਕਿਉਂਕਿ ਅਮਰਿੰਦਰ ਸਿੰਘ 'ਤੇ ਆਸਾਨ ਹੈਗਾ, ਜਿਹੜਾ ਇਹ KPS Gill ਹੈ, ਇਹ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ RSS ਦਾ ਮੁਖੀ ਹੈ ਭਾਗਵਤ, ਉਹਦੇ ਕੋਲ 17 ਤੋਂ ਪਹਿਲੇ ਲੈ ਕੇ ਗਿਆ, ਉਹ ਜਿਹੜਾ ਆਸਾਨ ਹੈ ਕੈਪਟਨ ਅਮਰਿੰਦਰ ਸਿੰਘ, ਉਹ KPS Gill ਨੂੰ ਪ੍ਰਮੋਟ ਕਰਕੇ ਉਹਦੇ ਸੈਮੀਨਾਰਸ ਕਰਵਾ ਕੇ ਮੋੜਨਾ ਚਾਹੁੰਦਾ। ਅਤੇ ਇਹ ਬੜਾ ਸੀਰੀਅਸ ਮੈਟਰ ਹੈ, ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਉਹ ਇਹਦੇ ਨਾਲ ਖਰਾਬ ਹੋ ਸਕਦਾ, ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਭੜਕ ਜਾਣਗੀਆਂ। ਸੋ ਅਸੀਂ ਇਹ ਸਾਰਾ ਮੈਟਰ ਪੰਜਾਬ ਦੇ ਗਵਰਨਰ ਦੇ ਨੋਟਿਸ 'ਚ ਲਿਆ ਰਹੇ ਹਾਂ ਕਿ ਇਮੀਡੀਏਟਲੀ ਇਹ 'ਚ ਇੰਟਰਵੀਨ ਕਰੋ, ਨਹੀਂ ਤਾਂ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਸਕਦਾ।